ਲਿਆਓ ਬਾਕੀ ਟਾਈਮ ਥੋੜਾ। ਅੱਛਾ ਉਸਤਾਦ ਜੀ, ਇੱਕ ਪਰਿੰਦਾ ਜਿਹੜਾ ਹੈ, ਇੱਕ ਪਰਿੰਦਾ, ਇੱਕੋ ਪਰਿੰਦਾ ਹੀ ਹੁੰਦਾ, ਚੇਤਰ ਵਿਸਾਖ ਜੇਠ ਤਿੰਨਾਂ ਮੌਸਮ 'ਚ ਡਿਸਟੈਂਸ ਹੈ, ਅਸੂ ਜੇ ਤਕਰੀਬਨ ਇੱਕੋ ਪਰਿੰਦਾ ਸ਼ਾਮ ਤੱਕ ਉੱਡ ਸਕਦਾ? ਬਿਲਕੁਲ ਉੱਡ ਜਾਂਦਾ, ਤੁਸੀਂ ਉਹਨੂੰ ਹਨੇਰੇ ਦੀ ਟ੍ਰੇਨਿੰਗ ਦਿੱਤੀ ਹੈ ਤਾਂ ਉੱਡ ਜਾਂਦਾ। ਔਰ ਬਾਅਦ ਕਦ ਐਸਾ ਵੀ ਹੋ ਜਾਂਦਾ ਜੇ ਜਿਹੜਾ ਪ੍ਰੈਕਟੀਕਲ ਦੇ ਵਿੱਚ ਚੀਜ਼ ਆਈ ਬੜੀ ਮਿਲਦਾ, ਕੁਝ ਪਰਿੰਦੇ ਐਸੇ ਹੁੰਦੇ ਨੇ ਕਿ ਉਹ ਚੇਤਰ 'ਚ ਤੁਸੀਂ ਨਵੇਂ ਸਟਾਰਟ ਕਰਦੇ ਹੋ ਨਾ, ਚੇਤਰ 'ਚ ਉੱਡ ਕੇ ਵਿਸਾਖ 'ਚ ਉੱਡ ਕੇ, ਫਿਰ ਉਹਨਾਂ ਦੀ ਟ੍ਰੇਨਿੰਗ ਐਡੀ ਜ਼ਬਰਦਸਤ ਹੁੰਦੀ ਹੈ, ਮੁਸ਼ਕਲ ਐਸੀ ਉਹਨਾਂ ਨੇ ਕੀਤੀ ਹੁੰਦੀ ਕਿ ਉਹ ਨਾਲ ਜੇਠ ਵੀ ਤੁਹਾਡਾ ਸਾਥ ਦੇ ਜਾਂਦੇ ਨੇ। ਕਹਿੰਦੇ ਅਸੀਂ ਪੰਜਾਬੀ 'ਚ ਇੱਕ ਲਫ਼ਜ਼ ਕਹਿੰਦੇ ਹੁੰਦੇ ਗਾਤੇ ਗਾਤੇ ਗੋਈਏ ਬਣ ਗਏ, ਗਾਤੇ ਗਾਤੇ ਗੋਈਏ। ਬਾਸ ਗਾ ਤਾਂ ਅੱਛਾ ਵੀ ਨਹੀਂ ਨਾ ਹੁੰਦਾ, ਲੇਕਿਨ ਤੁਹਾਡੀ ਰਿਆਜ਼ਤ ਮਿਹਨਤ ਤੁਹਾਡੀ ਨੂੰ ਪ੍ਰੈਕਟਿਸ ਵਿੱਚ ਕਰਾਉਂਦੇ ਹੋ ਡੰਡਾ ਪਰੇਡ ਪੰਜਾਬੀ, ਉਹਨੂੰ ਇੰਨਾ ਯਾਨੀ ਸੁਟੇਬਲ ਹੁੰਦੀ ਕਿ ਉਹ ਤੁਹਾਡਾ ਜੇਠ ਤੱਕ ਸਾਥ ਦੇ ਜਾਂਦਾ। ਬੜੇ ਪਰਿੰਦੇ ਐਸੇ ਆ ਜਾਂਦੇ ਨੇ। ਬਾਪ ਨਾਲ ਅੱਛਾ ਨਿਕਲਿਆ ਜੀ, ਬਾਪ ਬੇਟਾ ਆਏ ਨੇ, ਲੇਕਿਨ ਬੇਟਾ ਬਹੁਤ ਅੱਛਾ, ਮਾਦੀ ਦੀ ਕੋਈ ਉਹਨਾਂ ਨੇ ਅੱਛੀ ਲਾਈ ਹੈ। ਬੜਾ ਅੱਛਾ ਮਜ਼ਬੂਤ ਕਬੂਤਰ ਹੈ। ਟੈਰੀ ਤਾਂ ਲੱਗੀ ਸਾਜੀ, ਅਤੇ ਇਹਦੀ ਸੱਖੀ ਭੈਣ ਹੈ, ਛੋਟੀ ਬੜੀ ਝੁਲੀ ਜਿਹੜੀ। ਅੱਛਾ ਸਾਜੀ, ਕਲਰ ਸੇਵ ਕਰਨਾ ਹੋਵੇ ਜੀ, ਫਾਰ ਐਗਜ਼ਾਮਪਲ ਹੈ, ਅਸੀਂ ਮਾਂ ਦਾ ਜਾਂ ਬਾਪ ਦਾ ਕਲਰ ਅਸੀਂ ਕਿਵੇਂ ਅਸੀਂ ਇਹਨੂੰ ਸੰਭਾਲ ਸਕਦੇ ਹਾਂ? ਦੇਖੋ ਜੀ, ਕਲਰ ਦਾ ਨਾ ਉਹ ਤਾਂ ਫਿਰ ਇਹੀ ਹੈ, ਅਗਰ ਤੁਸੀਂ ਸਾਰੇ ਬੱਚੇ ਜਦੋਂ ਕਢਵਾਉਂਦੇ ਹੋ, ਜਿਹੜਾ ਮਾਂ ਦੇ ਕਰੀਬਦਾਰ ਹੋਵੇ ਤੁਸੀਂ ਰੱਖ ਲਓ, ਜਾਂ ਬਾਪ ਦੇ ਕਰੀਬਦਾਰ ਹੋਵੇ ਰੱਖ ਲਓ, ਇਸੇ ਤਰ੍ਹਾਂ ਹੀ ਫਿਰ ਜੁੜਦੇ ਨੇ ਕਲਰ ਦੇ। ਤੁਸੀਂ ਜੋੜਾ ਲਾਉਣ ਲੱਗੇ ਨਰਮਦੀ ਦਾ ਕਲਰ ਦੇ ਪਹਿਲੇ ਚੈੱਕ ਕਰੋਗੇ, ਉਸ ਤੋਂ ਬਾਅਦ ਜਿਹੜਾ ਤੁਸੀਂ ਜਿਹੜੇ ਬੱਚੇ ਨਿਕਲਦੇ ਨੇ, ਫਿਰ ਉਹਨਾਂ ਜਿਹੜਾ ਕਰੀਬਦਾਰ ਹੁੰਦਾ ਉਹਨੂੰ ਤੁਸੀਂ ਰੱਖ ਲਓ। ਲੇਕਿਨ ਅਸੀਂ ਕਲਰ ਦੇ ਤੁਸੀਂ ਕਬੂਤਰਬਾਜ਼ੀ ਕਰਦੇ ਹੀ ਨਹੀਂ, ਅਸੀਂ ਕਰਦੇ ਹਾਂ ਕੁਆਲਿਟੀ ਦੀ, ਕੁਆਲਿਟੀ ਇੰਜਨ ਤਾਂ ਅਸੀਂ ਕਹਿੰਦੇ ਕਿ ਯਾਰ ਪਰਿੰਦਾ ਜਿਹੜਾ ਅੱਛਾ ਨਿਕਲ ਆਇਆ ਨਾ, ਸਹੀ ਰੰਗ ਦਾ ਉਹ ਹੀ ਰੱਖੋ, ਕਲਰ ਨੂੰ ਕੀ ਕਰਨਾ ਸਹੀ। ਅਤੇ ਇਹ ਜਿਹੜੀ ਕਲਰ ਕੰਬੀਨੇਸ਼ਨ ਹੈ ਨਾ, ਕਲਰ ਕੰਬੀਨੇਸ਼ਨ ਇਹ ਬਸ ਛੋਟੀ ਜ਼ਿਆਦਾ ਛੇਦ ਪਰਚੇਜ ਵਾਸਤੇ ਜ਼ਿਆਦਾ ਅੱਛਾ ਕਲਰ ਕੰਬੀਨੇਸ਼ਨ, ਜਿਹੜੀ ਉੱਡਣ ਵਾਲੀ ਕਬੂਤਰਬਾਜ਼ੀ ਉਹ ਕੁਆਲਿਟੀ 'ਤੇ ਡਿਪੈਂਡ ਕਰਦੀ ਹੈ। ਅੱਖਾਂ ਦੀ ਕਲਰ ਕੰਬੀਨੇਸ਼ਨ, ਉਹਨੂੰ ਅਕਸਰ ਦੋ ਸਵਾਲ ਕਰਦੇ ਰਿੰਗ ਰੂੰਗ, ਤੁਸੀਂ ਨਾ ਆਮ ਜਿਹਾ ਫਾਰਮੂਲਾ ਫਰੋਜ਼ਪੁਰੀ ਪਰਿੰਦੇ ਨਾਲ ਕਮੱਕਰ ਕਬੂਤਰ ਲਾ ਦਿਓ, ਕੁਦਰਤੀ ਬੜੇ ਰਿੰਗ ਬਣ ਜਾਣਗੇ, ਰਿੰਗਾਂ ਦਾ ਕੁਆਲਿਟੀ ਨਾਲ ਕੋਈ ਚੱਕਰ ਨਹੀਂ, ਕਲਰ ਕੰਬੀਨੇਸ਼ਨ ਤੁਸੀਂ ਕਹਿ ਸਕਦੇ ਹੋ, ਕਲਰ ਕੰਬੀਨੇਸ਼ਨ ਤੁਸੀਂ ਇੱਕ ਬਣਾ ਲਿਆ, ਰਿੰਗ ਬਣਾ ਲਿਆ। ਕੁਆਲਿਟੀ ਜਿਹੜੀ ਡਾਨ ਦੀ ਪਰਿੰਦੇ ਦੀ ਉਹ ਹੋਰ ਚੀਜ਼ ਹੈ, ਉਹਨੇ ਆਪਣੇ ਪਰ ਪੁਰਜ਼ੇ ਦੇ ਆਪਣੀ ਬੋਡੀ ਸਟਰਕਚਰ ਦੀ ਹੋਣੀ। ਅੱਛਾ ਸਾਜੀ, ਇੱਕ ਅਹਿਮ ਜਿਹਾ ਸਵਾਲ ਹੈ ਜਿਹੜਾ ਹਰ ਕਿਸੇ ਦੀ ਸਮਝ 'ਚ ਨਹੀਂ ਵੀ ਆਉਂਦਾ, ਕਿਆ ਸਤਾ ਜੀ ਅਕਲ ਦਾ ਕੰਸਰਨ ਅੱਖ ਤੋਂ ਲਿਆ ਜਾਂਦਾ? ਦੇਖੋ, ਜਿਹੜੀ ਅਕਲ ਹੈ ਨਾ ਉਹ ਹੁੰਦੀ ਹੈ ਦਿਮਾਗ 'ਚ ਹੀ ਹੈ, ਹਕੀਕਤ ਅੱਲਾ ਤਾਲਾ ਨੇ ਦਿਮਾਗ 'ਚ ਪਾਈ, ਲੇਕਿਨ ਜਿਹੜੀਆਂ ਅਸੀਂ ਤਿੰਨ ਚੀਜ਼ਾਂ ਦੇਖਦੇ ਹਾਂ, ਅੱਛਾ ਅੱਖ ਪੰਜਾ ਜੋੜ, ਔਰ ਹਕੀਕਤ ਵੀ ਜੇ ਹੁਣ ਮੈਂ ਆਪਣੀ ਓਨ ਰਿਕਾਰਡ ਤੁਹਾਨੂੰ ਗੱਲ ਕਰ ਰਿਹਾ, ਪਿਛਲੇ ਹਫ਼ਤੇ 'ਚ ਮੇਰਾ ਕਬੂਤਰ ਨਾ 5 ਵਜੇ ਫਿਰ ਰਿਹਾ ਸੀ, ਫਿਰਦਾ ਫਿਰਦਾ ਸਾਹਮਣੇ ਕੱਟ ਗਿਆ, ਕੱਟ ਗਿਆ, ਮੈਂ ਮੁੰਡੇ ਨੂੰ ਕਿਹਾ ਯਾਰ ਲੈ ਕੇ ਆ, ਕਿਉਂਕਿ ਕੁਛ ਚੀਜ਼ਾਂ ਹੁੰਦੀਆਂ ਤੁਸੀਂ ਆਪਣੇ ਪ੍ਰੈਕਟੀਕਲ ਨਾਲ ਸਿੱਖਦੇ ਵੀ ਹੋ ਕਿ ਯਾਰ ਮੈਂ ਉਹਨੂੰ ਇੱਕ ਦੋ ਥੋੜ੍ਹਾ ਡਾਨ ਲਗੀ, ਉਹਦੀ ਅੱਖ ਉਹ ਦੇਖੀ, ਅੱਖੇ ਉਹਦੀ ਬਿਹਤਰੀਨ ਸੀ, ਬਾਡੀ ਉਹਦੀ ਵੀ ਅੱਛੀ ਸੀ, ਲੇਕਿਨ ਬਾਅਦ ਕਹਿੰਦੇ ਸੁਬਾਹ ਤੁਸੀਂ ਜਦੋਂ ਡਾਨ ਲੱਗਦੇ ਹੋ ਨਾ ਜ਼ਿਆਦਾ ਪਰਿੰਦੇ ਹੁੰਦੇ, ਪੜੇ ਚੈੱਕ ਕਰ ਕਰਕੇ ਛੱਡੀ ਗਏ, ਪੂਰਾ ਬਰੀਕੀ ਨਾਲ ਹੀ ਦੇਖਦੇ, ਜ਼ਰਾ ਜਲਦੀ 'ਚ ਹੁੰਦਾ ਬੰਦਾ, ਮੈਂ ਪੱਠਾ ਮੰਗਵਾਇਆ ਜੋ ਫੜ ਕੇ ਦੇਖਿਆ ਉਹਦੇ ਜੋੜਾਂ ਦਾ ਫਰਕ, ਅੱਗੇ ਜੋੜ ਮੈਂ ਤੁਹਾਨੂੰ ਅੱਗੇ ਕਰਕੇ ਉਹ ਦਿਖਾ ਵੀ ਸਕਦੇ ਹਾਂ ਚੀਜ਼, ਹਾਂਜੀ ਉਹ ਫਾਲਟ ਕਬੂਤਰ ਦੇ ਵਿੱਚ ਤਾਂ ਬਾਹਰ ਕਰਕੇ, ਸਹੀ ਸਹੀ ਤਿੰਨ ਚੀਜ਼ਾਂ ਦਾ ਨੁਕਸ ਆ ਜਾਂਦਾ, ਅੱਖ ਪੰਜਾ ਵੀ ਇੱਕ ਐਸਾ ਹੈ, ਉਹ ਦੇਖੋ ਚਲੇ ਸਾਰੇ ਜਾਂਦੇ ਨੇ ਪਰਿੰਦੇ ਜਾਣ ਇਹਨਾਂ ਦਾ ਕੰਮ ਹੈ, ਕਿਉਂਕਿ ਪੰਜੇ ਦਾ ਕਲਰ ਖਾਸ ਐਸਾ ਉਹ ਹੋਵੇ ਤਾਂ ਪਰਿੰਦਾ ਲਾਜ਼ਮੀ ਜ਼ਾਇਆ ਹੁੰਦਾ, ਅਤੇ ਅੱਖ ਦਾ ਵੀ ਹੈ ਵੈਸੇ ਤਾਂ ਨਹੀਂ ਹੈ।
ਸਹੀ ਸਹੀ ਬਾਕੀ ਹਰ ਬੰਦੇ ਦੀ ਆਪਣੀ ਆਪਣੀ ਸਮਝ ਹੈ ਅਸੀਂ ਜਿਹੜਾ ਕਬੂਤਰ ਦੀ ਪੈਰਾਮੀਟਰ ਕਹਿ ਲਓ ਜਿਹੜਾ ਅਸੀਂ ਨਾਪਨੇ ਆ ਨਾ ਉਹ 3 ਇੰਚੀ ਦਾ ਨਹੀਂ ਜ਼ਿਆਦਾ ਸੀ ਫੁੱਲ ਔਰ ਕਾਫੀ ਹੱਦ ਤੱਕ ਜਿਹੜਾ ਪ੍ਰੈਕਟੀਕਲ ਜਿਹਾ ਨਾ ਕੀਤਾ ਵੀ ਆਈ ਹੈ ਕੈਂਸਲ ਕਰੀ ਕਾਲ ਤਾਂ ਕਿਸੇ ਹਰ ਬੰਦੇ ਦਾ ਆਪਣਾ ਆਪਣਾ ਇੱਕ ਤਰੀਕਾ ਕਾਰ ਹੈ ਆਪਣੀ ਆਪਣੀ ਸੋਚ ਹੈ ਦੁੰਮ ਦੇਖੋ ਜੀ ਦੁੰਮ ਕਬੂਤਰ ਦਾ ਸਾਰੀ ਬਾਤ ਬੈਲੈਂਸ ਦਾ ਵੀ ਕਿਰਦਾਰ ਅਦਾ ਕਰਦੀ ਫਿਰ ਤੁਸੀਂ ਇੱਕ ਚੀਜ਼ ਛੋਟੀ ਜਿਹੀ ਦੇਖ ਲਓ ਜੋ ਕਬੂਤਰ ਉੱਡ ਕੇ ਆਉਂਦਾ ਨਾ ਹਾਂਜੀ ਉਹ ਬਹਿਣ ਲੱਗਿਆ ਦੁੰਮ ਖੋਲਦਾ ਜੀ ਬਿਲਕੁਲ ਦੁੰਮ ਖੋਲਦਾ ਦਾ ਕੀ ਮਤਲਬ ਹੁੰਦਾ ਕਿ ਆਪਣਾ ਜ਼ੋਰ ਤੋੜ ਰਿਹਾ ਕਿ ਮੈਂ ਬਹਿਣਾ ਹੁਣ ਇੱਕ ਪਰਿੰਦਾ ਜੋ ਆਲਰੇਡੀ ਉੱਡਦਾ ਸੀ ਪਹਿਲੀ ਦੁੰਮ ਉਨੀ ਖੁੱਲੀ ਹੈ ਉਹਦਾ ਜ਼ੋਰ ਡਬਲ ਲੱਗ ਰਿਹਾ ਉਹਦੀ ਤਾਕਤ ਦਾ ਡਬਲ ਖਰਚ ਹੋ ਰਹੀ ਹੈ ਤੇ ਇਹ ਇੱਕ ਫਰਕ ਆ ਜਾਂਦਾ ਮੇਨ ਫਿਰ ਸਾਡੀ ਇੱਕ ਆਪਣੀ ਸੋਚ ਅਸੀਂ ਕਹਿੰਦੇ ਕਿ ਜਿਸ ਕਬੂਤਰ ਦੀ ਦੁੰਮ ਬੰਨ੍ਹਦੇ ਨਾ ਹਰ ਕਬੂਤਰ ਆਪਣੀ ਯਾਨੀ ਕਹਿੰਦੇ ਨਾ ਆਪਣੇ ਬੈਕ 'ਤੇ ਜਾਂਦਾ ਯਾਨੀ ਪਿੱਛੇ ਆਪਣੇ ਅਸਲ 'ਤੇ ਜਾਂਦਾ ਅਤੇ ਜਿਹੜੇ ਕਬੂਤਰ ਦੀ ਦੁੰਮ ਬੰਨ੍ਹ ਹੁੰਦੀ ਹੈ ਅਗਰ ਜੋ 10 ਬੱਚੇ ਕੱਢਦੇ 9 ਜਾਂ 8 8 ਕੱਢਦੇ ਮਾਸ਼ਾਅੱਲਾ ਉਸ ਤੋਂ ਇਲਾਵਾ ਕਬੂਤਰ ਦੇ ਵਿੱਚ ਖੂਬਸੂਰਤੀ ਦਾ ਵੀ ਕਿਰਦਾਰ ਹੈ ਦੁੰਮ ਦਾ ਇੱਕ ਬੜੇ ਨਾ ਬਜ਼ੁਰਗ ਉਸਤਾਦ ਸਨ ਅਸ਼ਰਫੀ ਭੱਟ ਸਾਹਿਬ ਫੋਤ ਹੋ ਗਏ ਨੇ ਅੱਲਾਹ ਤਾਲਾ ਜਿੰਨਾ ਨਸੀਬ ਕਰੇ ਬੜੇ ਉਹ ਬਰੀਡਿੰਗ ਦੇ ਵਿੱਚ ਮੰਨੇ ਜਾਂਦੇ ਸੀ ਪੁਰਾਣੇ ਬਜ਼ੁਰਗ ਉਸਤਾਦ ਸਨ ਉਹ ਮੇਰੇ ਉਸਤਾਦ ਵੀ ਉਹਨਾਂ ਦਾ ਮੈਂ ਉਹਨਾਂ ਨੂੰ ਮਿਲਿਆ ਨਹੀਂ ਮੈਂ ਉਹਨਾਂ ਦੀਆਂ ਗੱਲਾਂ ਹੀ ਸੁਣੀਆਂ ਅਤੇ ਮੇਰੇ ਉਸਤਾਦ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਜਦੋਂ ਆਏ ਨਾ ਭੱਟ ਸਾਹਿਬ ਮੇਰੇ ਕੋਲ ਅਸ਼ਰਫੀ ਭੱਟ ਸਾਹਿਬ ਛੱਤ 'ਤੇ ਅਤੇ ਮੇਰੇ ਕੋਲ ਉਦੋਂ ਜੋਂਸਰੇ ਕਬੂਤਰ ਨਹੀਂ ਜ਼ਿਆਦਾ ਦੁੰਮਾਂ ਖੁੱਲੀਆਂ ਦੇ ਅਤੇ ਉਹਨਾਂ ਕਹਿੰਦੇ ਯਾਰ ਮੀਆਂ ਉਹ 12 ਮਹੀਨੇ ਉਹਨਾਂ ਨੂੰ ਤੱਕਣਾ ਫਿਰਦੇ ਅਤੇ ਸੋਨੇ ਲੱਗਣ ਯਾਨੀ ਉਹਨਾਂ ਦੀਆਂ ਦੁੰਮਾਂ ਨਹੀਂ ਸੋਹਣੀਆਂ ਲੱਗਦੀਆਂ ਅਤੇ ਕਹਿੰਦੇ ਯਾਰ ਉਹ ਜ਼ਾਇਆ ਨਹੀਂ ਸੀ ਹੁੰਦੇ ਸ਼ਹਿਰਦਾਰੀ ਛੱਤ ਹੀ ਬੜੀ ਮੁਸ਼ਕਿਲ ਟਾਈਮ ਉਦੋਂ ਪਿਆਰੇ ਪੂਰੇ ਉੜਦੇ ਸੀ ਅਤੇ ਉਹਨਾਂ ਨੇ ਯਾਰ 12 ਮਹੀਨੇ ਨੂੰ ਤੱਕਣਾ ਅਤੇ 1 ਮਹੀਨਾ ਦਾਣਾ ਪਵਾਉਣਾ ਕਮ ਅਜ਼ਮ ਕਬੂਤਰ ਫਿਰਦਾ ਅਤੇ ਖੂਬਸੂਰਤ ਲੱਗੇ 11 ਮਹੀਨੇ ਅਸੀਂ ਇਹਨਾਂ ਨੂੰ ਦੇਖਦੇ ਹਾਂ ਸਾਡਾ ਦਿਲ ਤੇ ਖੁਸ਼ ਕਰਨ ਇਹ ਕੁਆਲਿਟੀ ਵੀ ਹੈ ਖੂਬਸੂਰਤੀ ਜੇ ਦੋਨੇ ਚੀਜ਼ਾਂ ਨੇ ਦੋਵੇਂ ਦੇ ਵਿੱਚ ਠੀਕ ਹੋ ਕਰਨਾ ਹੁਣ ਦੇਖੋ ਪਤਾ ਕੀ ਹੈ ਮੇਰੇ ਮਾਸ਼ਲ ਸ਼ਗਿਰਦ ਨੇ ਉਹਨਾਂ ਦਾ ਕਬੂਤਰ ਆਇਆ ਇਹ ਨਹੀਂ ਉੱਡਣ ਵਾਲਾ ਕਬੂਤਰ ਹੈਗਾ ਖੂਬਸੂਰਤ ਹੈ ਖੂਬਸੂਰਤੀ ਵਾਲਾ ਬਹੁਤ ਜ਼ਬਰਦਸਤ ਹੈ ਕਹਿੰਦੀ ਇਹਦੀ ਹੁਸਨ ਐਸਾ ਹੈ ਦੁਨੀਆ ਪਸੰਦ ਕਰਦੀ ਇਹਨਾਂ ਨੂੰ ਲਾਈਕ ਕਰਦੀ ਖੂਬਸੂਰਤੀ ਹੈ ਔਰ ਜ਼ਿਆਦਾ ਕੀਮਤ ਵੀ ਇਹਨਾਂ ਦੀ ਅੱਛੇ ਕਬੂਤਰ ਨਾਲੋਂ ਜ਼ਿਆਦਾ ਕੀਮਤ ਇਹਨਾਂ ਦੀ ਅਤੇ ਜਿਹੜਾ ਅੱਛਾ ਉੱਡਣ ਵਾਲਾ ਕਬੂਤਰ ਇਹਨਾਂ ਉਹਨਾਂ ਜ਼ਿਆਦਾ ਕੀਮਤ ਇਹਨਾਂ ਦੀ ਵੱਧ ਬਿਲਕੁਲ ਸਫਲ ਕਬੂਤਰ ਤੁਸੀਂ ਦੇਖ ਲਓ ਖੂਬਸੂਰਤ ਕਬੂਤਰ ਹੈ ਖੂਬਸੂਰਤ ਕਹਿ ਸਕਦੇ ਅੱਲਾਹ ਦੀ ਤਾਲਾ ਦੀ ਬਣਾਈ ਹੋਈ ਚੀਜ਼ ਹੈ ਕਿਉਂਕਿ ਬੁਰਾ ਦੇ ਨੂੰ ਨਹੀਂ ਕਹਿ ਸਕਦੇ ਖੂਬਸੂਰਤ ਕਹਿ ਸਕਦੇ ਲੇਕਿਨ ਹੈਗਾ ਕਿ ਉੱਡਣ ਦੇ ਵਿੱਚ ਇਹ ਡੱਚ ਨਹੀਂ ਰਹੇਗਾ ਖੁਸ਼ਕ ਕਬੂਤਰ ਲੇਕਿਨ ਇਨਸ਼ਾਅੱਲਾ ਬੜੀ ਬਿਹਤਰੀ ਆਈ ਹੈਗੀ ਅੱਗੋਂ ਕਬੂਤਰਾਂ ਦੇ ਵਿੱਚ ਅੱਛੇ ਕਬੂਤਰ ਹੀ ਹੋਣਗੇ ਇਨਸ਼ਾਅੱਲਾ ਉੱਡਣ ਵਾਲੇ ਨਹੀਂ ਮਾਸ਼ਾਅੱਲਾ ਦੇਖੋ ਦੋ ਸ਼ੋਬੇ ਨੇ ਇੱਕ ਖੂਬਸੂਰਤੀ ਦਾ ਇੱਕ ਉੱਡਣ ਵਾਲੇ ਦਾ ਸ਼ੋਬਾ ਹੈ ਜਾਂ ਬੰਦਾ ਬਹੁਤ ਖੂਬਸੂਰਤ ਰੱਖ ਲੇ ਜਾਂ ਬਹੁਤ ਅੱਛੇ ਰੱਖ ਲੇ ਦੋ ਚੀਜ਼ਾਂ ਨੇ ਸਹੀ ਤੁਹਾਡੇ ਡਿਪੈਂਡ ਕਰਦਾ ਤੁਸੀਂ ਕਿਹੜੇ ਸਿਲੈਕਟ ਕਰਨੇ ਨੇ ਕਿਹੜੇ ਅਸੀਂ ਸਿਲੈਕਟ ਕਰਨਾ ਹੈ ਬਿਲਕੁਲ ਇਹ 200 ਇਹ ਪ੍ਰਿੰਦੇ ਮਾਸ਼ਾਅੱਲਾ ਅੱਛਾ ਪਰਿੰਦਾ ਆਇਆ ਜੀ ਬਗਲ ਦੇਖ ਲਓ ਪਰ ਦਿੱਲੀ ਦੇਖ ਲਓ ਕਬੂਤਰ ਜਦੋਂ ਅੱਛਾ ਆਉਂਦਾ ਆਪ ਹੀ ਬੋਲ ਪੈਂਦਾ ਆਪ ਹੀ ਬੋਲ ਪੈਂਦਾ ਪੰਜਾਬੀ ਦੇਖ ਲਓ ਸ਼ਾਨਦਾਰ ਕਮਾਲ ਹੋ ਗਿਆ ਸਰ ਮੈਂ ਤੁਹਾਨੂੰ ਦੱਸਿਆ ਕਿ ਹੱਥ 'ਚ ਹੀ ਹੈ ਤੇ ਉਹ ਬੋਲ ਪਿਆ ਕਿ ਮੇਰੇ 'ਚ ਕੁਛ ਹੈ ਕਿੰਨੇ ਕਬੂਤਰ ਕਿਸੇ ਦੀ ਅੱਡੀ ਬਗਲ ਹੀ ਨਹੀਂ ਆਈ ਲੱਖ ਕਬੂਤਰ ਦੀ ਆਈ ਹੈ
चार पंजे बैठते रहे गेट बहुत वधिया बच्चे बहुत माशाल्लाह कबूतर असल पता की चीज है जी हड्डी असी पसंद करने जी इस परिंदे की है जी माशाल्लाह यानी जी हड्डी असी लाइक करने सब तो ज्यादा वो इस कबूतर चाहिए ऐसी यदि हड्डी है दिखाओ जरा साजी ये दोस्तों कमाल की हड्डी है एक उल्टा करके दिखा रही है जी तुम दुम देख सकते हो पर देख सकते हो झाड़े पे आ कबूतर दो टुक एक टुके कबूतर नस्ल दर नस्ल चलन दो चार पीढ़ियां नहीं खराब होना अच्छी मर्जी कोई ला दें इंशाल्लाह बेहतरीन नस्ल बनाना कबूतर ये जो बना लैन डालन इंशाल्लाह ना नहीं करेगा माशाल्लाह।